ਅੱਜ ਮੈਂ ਆਪਣੇ 5 ਸਾਲ ਦੇ ਬੱਚਿਆਂ ਨੂੰ 5-5 ਸਾਲ ਦੇ ਜੋੜੇ ਨੇ ਮੇਰੇ ਬੇਟੇ ਆਪਣੇ ਬੱਚਿਆਂ ਨੂੰ ਇਸ ਸਮਾਜ ਲਈ ਇਸ ਸਮਾਜ ਨੂੰ ਅਰਪਿਤ ਕਰਦਾ ਵੀ ਆਉਣ ਵਾਲੇ ਸਮੇਂ 'ਚ ਇਹ ਲੋਕਾਂ ਦੀ ਬਾਹ ਫੜਨਗੇ ਇੱਕ ਪਾਸੇ ਬਾਦਲ ਜਿਹੜਾ ਵਾ ਸੁਖਵੀਰ ਬਾਦਲ ਆਪਣੇ ਬੇਟੇ ਨੂੰ ਸਿਆਸਤ ਵਿੱਚ ਲਾਂਚ ਕਰਦਾ ਉਸੇ ਤਰ੍ਹਾਂ ਉਹਨੇ ਇੱਕ ਬੇਟਾ ਲਾਂਚ ਕੀਤਾ ਮੈਂ ਆਪਣੇ ਦੋ ਬੇਚੇ ਬੇਟੇ ਜਿਹੜਿਆ ਲੋਕ ਅਰਪਿਤ ਕਰਦਾ ਲੋਕ ਕੋਲਾਂ ਨੂੰ ਇਹ ਦੋਵੇਂ ਬੱਚੇ ਵੱਡੇ ਹੋ ਕੇ ਲੋਕ ਕੋਲਾਂ ਦੀ ਅਗਵਾਈ ਕਰਨਗੇ ਲੋਕਾਂ ਦੇ ਹੱਕਾਂ ਲਈ ਲੜਨਗੇ ਪਾਦੀ ਹੱਦ ਤੁਸੀਂ ਦੇਖਿਆ ਵੀ ਤੁਸੀਂ ਇੱਕ ਪੋਸਟਰ ਜ਼ਮੀਨ ਤੇ ਰੱਖ ਕੇ ਉਹਦੇ ਉੱਤੇ ਜੁੱਤੀਆਂ ਰੱਖ ਰਹੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਗ੍ਰਿਮਾ ਉਹਨਾਂ ਦੀ ਤੁਸੀਂ ਉਹਨਾਂ ਦੀ ਪੋਸਟਰ ਤੇ ਜੁੱਤੀਆਂ ਰੱਖ ਕੇ ਪ੍ਰਦਰਸ਼ਨ ਕਰ ਰਹੇ ਜੇ ਕੀ ਹੈ ਚੱਕ ਗਰਮਾ ਉਦੋਂ ਹੁੰਦੀ ਹੈ ਜੋ ਲੋਕ ਪੱਖੀ ਹੋਣ ਇਹ ਬੰਦਾ ਲੋਕ ਪੱਖੀ ਨਹੀਂ ਇਹ ਕਾਰਪੋਰੇਟਿਵ ਘਰਾਣਿਆਂ ਦਾ ਦੱਲਾ ਆ ਜਦੋਂ ਬੰਦਾ ਜਸਮਾਨੀ ਤੌਰ ਤੇ ਮਰ ਜਾਂਦਾ ਨਾ ਉਸ ਨੂੰ ਜਿਹੜਾ ਬਾਲਣ ਪਾ ਕੇ ਸਾੜਿਆ ਜਾਂਦਾ ਆਪਾਂ ਦੇਖਦੇ ਹੁੰਨੇ ਆ ਪਰ ਜੇ ਇਸ ਬੰਦੇ ਦੀ ਜਮੀਰ ਮਰ ਜਾਂਦੀ ਆ ਉਸ ਬੰਦੇ ਨੂੰ ਲੋਕ ਜੁੱਤੀ ਫੇਰਦੇ ਆ ਤੇ ਇਹਦਾ ਜਿਹੜਾ ਸੰਸਕਾਰ ਆ ਉਹ ਜੁੱਤੀਆਂ ਦੇ ਨਾਲ ਆਪਾਂ ਕਰ ਰਹੇ ਆ ਇਹ ਇਹਦੀ ਨਿਸ਼ਾਨੀ ਹੈ ਬੀਤੇ ਦਿਨੀ ਕਰਨਾਲ ਦੇ ਵਿੱਚ ਪੁਲਿਸ ਵੱਲੋਂ ਕਿਸਾਨਾਂ ਦੇ ਉੱਤੇ ਜਿਸ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚ ਰਹੀਆਂ ਕਾਫੀ ਵਾਇਰਲ ਹੋਈਆਂ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਪੁਲਿਸ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੋਵੇ ਜਿਸ ਦੇ ਚਲਦੇ ਬੀਤੇ ਦਿਨੀ 2 ਘੰਟੇ ਤੱਕ ਕਿਸਾਨਾਂ ਵੱਲੋਂ ਰੋਡ ਜਾਮ ਕਰਕੇ ਵੀ ਪ੍ਰਦਰਸ਼ਨ ਕੀਤਾ ਗਿਆ ਲੇਕਿਨ ਅਗਰ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਕ ਨੌਜਵਾਨ ਵੱਲੋਂ ਅਨੋਖੇ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਨਾਲ ਉਸਨਾਂ ਦੇ ਦੋ ਬੱਚੇ ਜਿਨ੍ਹਾਂ ਦੀ ਉਮਰ ਮਹਿਜ 5-5 ਸਾਲ ਦੀ ਹੈ ਉਹ ਨਾਲ ਉਹਨਾਂ ਦੇ ਪ੍ਰਦਰਸ਼ਨ 'ਚ ਸਾਥ ਦੇ ਰਹੇ ਐ ਤੇ ਗਲਾਂ ਦੇ ਵਿੱਚ ਬੈਨਰ ਪਾਏ ਆ ਬੱਚਿਆਂ ਨੇ ਮੋਦੀ ਖੱਟੜ ਮੁਰਦਾਬਾਦ ਦੇ ਜਿਹੜੇ ਬੈਨਰ ਐ ਬੱਚਿਆਂ ਵੱਲੋਂ ਪਾ ਕੇ ਇੱਥੇ ਪ੍ਰਦਰਸ਼ਨ ਜਿਹੜਾ ਹੈ ਉਹ ਅਨੋਖੇ ਤਰੀਕੇ ਨਾਲ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਹੀ ਕੇਂਦਰ ਸਰਕਾਰ ਕਿਸਾਨਾਂ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਤੇ ਕਿਸਾਨਾਂ ਦਾ ਜਿਹੜਾ ਕਿਸਾਨ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਤਾਂ ਜਿਸ ਤੋਂ ਬਾਅਦ ਲਗਾਤਾਰ ਹੀ ਪੁਲਿਸ ਵੱਲੋਂ ਉਹਨਾਂ ਦੇ ਉੱਤੇ ਜਿਸ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ ਜਿਸ ਦੀਆਂ ਵੀਡੀਓ ਅਸੀਂ ਸਾਰਿਆਂ ਨੇ ਦੇਖੀਆਂ ਨੌਜਵਾਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਪ੍ਰਦਰਸ਼ਨ ਕਰਨ ਦਾ ਮੇਨ ਕਾਰਨ ਕੀ ਹੈ ਮੇਰਾ ਨਾਮ ਸਰਜੀਤ ਸਿੰਘ ਹੈਰੀਆ ਪ੍ਰਦਰਸ਼ਨ ਕਰਨ ਦਾ ਕਾਰਨ ਤੁਸੀਂ ਆਪ ਵੀ ਚੰਗੀ ਤਰ੍ਹਾਂ ਜਾਣਦੇ ਜਿਹੜਾ ਖੱਟਰ ਨੇ ਕੱਲ ਪਰਸੋਂ ਕਰਨਾਲ ਦੇ ਵਿੱਚ ਸਾਡੇ ਭੈਣ ਭਰਾਵਾਂ ਦੇ ਉੱਤੇ ਜਿਹੜਾ ਅਨਮਨੁੱਖੀ ਜਿਹੜਾ ਅਤਿਆਚਾਰ ਕੀਤਾ ਡਾਂਗ ਉਰਾਈ ਆ ਕੋਈ ਉਹਨੇ ਉਹਦੇ 'ਚ ਸੀਮਾ ਨਹੀਂ ਰੱਖੀ ਸਾਰੀਆਂ ਹੱਦਾਂ ਬੰਨੇ ਟੱਪਿਆ ਸਾਡੇ ਕਿਸਾਨ ਸ਼ਹੀਦ ਵੀ ਹੋਏ ਆ ਇੱਕ ਕਿਸਾਨ ਵੀਰ ਦੀ ਜਿਹੜੀ ਅੱਖਾਂ ਦੀ ਜੋਤ ਚਲੇ ਗਈ ਆ ਜਿਹੜਾ ਨਿਯੰਗ ਸਿੰਘ ਵੀਰ ਆ ਜਵਾਨ ਜੰਗ ਦੇ ਇੱਕ ਵੀਰ ਜਿਹੜਾ ਜ਼ਿੰਦਗੀ ਮੌਤ ਦੀ ਜਿਹੜੀ ਜੰਗ ਲੜ ਰਿਹਾ ਅੱਜ ਬੱਚਿਆਂ ਨੂੰ ਨਾਲ ਲੈ ਕੇ ਆਏ ਜੇ ਬੱਚਿਆਂ ਦੇ ਗਲਾਂ ਵਿੱਚ ਵੀ ਇਹ ਜਿਹੜੇ ਬੈਨਰ ਪਾਏ ਆ ਬੱਚਿਆਂ ਨੂੰ ਸਮਝ ਹੈਗੀ ਆ ਕਿ ਅੱਜ ਆਪਾਂ ਪ੍ਰੋਟੈਸਟ ਕਰਦੇ ਪਏ ਆ ਕੀ ਕਾਰਨ ਹੈ ਪ੍ਰੋਟੈਸਟ ਕਰਦੇ ਪਏ ਬਿਲਕੁਲ ਜੀ ਬੱਚਿਆਂ ਨੂੰ ਸਮਝ ਆ ਬੱਚੇ ਰੋਜ਼ ਮੇਰੇ ਨਾਲ ਦੇਖਦੇ ਆ ਵੀ ਕੀ ਹੋ ਰਿਹਾ ਸਿਸਟਮ ਚ ਐਸ ਲਈ ਇੱਕ ਪਾਸੇ ਸਾਡੀ ਸਿਆਸਤ ਆ ਜਿਹਦਾ ਵਪਾਰੀਕਰਨ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਦਿੱਲੀ ਦੀਆਂ ਗਰੂਹਾਂ ਤੇ ਲੜ ਰਹੇ ਨੇ ਇੱਕ ਪਾਸੇ ਬਾਦਲ ਜਿਹੜਾ ਵਾ ਸਖਬੀਰ ਬਾਦਲ ਆਪਣੇ ਬੇਟੇ ਨੂੰ ਸਿਆਸਤ ਵਿੱਚ ਲਾਂਚ ਕਰਦਾ। ਉਸੇ ਤਰ੍ਹਾਂ ਉਹਨੇ ਇੱਕ ਬੇਟਾ ਲਾਂਚ ਕੀਤਾ ਮੈਂ ਆਪਣੇ ਦੋ ਬੇਚੇ ਬੇਟੇ ਜਿਹੜੇ ਆ ਲੋਕ ਅਰਪਿਤ ਕਰਦਾ ਲੋਕ ਖੋਲਾਂ ਨੂੰ। ਜਿੱਥੇ ਉਹਨੇ ਇੱਕ ਬੇਟਾ ਲੁੱਟ ਖੋਟ ਲਈ ਆਪਣਾ ਲੋਕਾਂ ਦੀ ਮਾਰ ਧਾਰ ਲਈ ਹੈ ਲੋਕਾਂ ਨੂੰ ਨਸ਼ਾ ਵੰਡਣ ਲਈ ਤੇ ਮਾਈਨਿੰਗ ਦੇ ਉੱਤੇ ਜਿਹੜਾ ਕਬਜ਼ਾ ਕਰਨ ਲਈ ਆਪਣਾ ਲਾਂਚ ਕੀਤਾ। ਉਹਦੇ ਨਾਲ ਹੀ ਮੈਂ ਦੋਵੇਂ ਬੱਚੇ ਜਿਹੜੇ ਆਪਣੇ ਆ ਉਹ ਲੋਕ ਖੋਲਾਂ ਨੂੰ ਅਰਪਿਤ ਕਰਦਾ। ਇਹ ਦੋਵੇਂ ਬੱਚੇ ਵੱਡੇ ਹੋ ਕੇ ਲੋਕ ਖੋਲਾਂ ਦੀ ਅਗਵਾਈ ਕਰਨਗੇ। ਲੋਕਾਂ ਦੇ ਹੱਕਾਂ ਲਈ ਲੜਨਗੇ ਜੋ ਵਿਰਾਸਤ ਚ ਮੈਨੂੰ ਮਿਲਿਆ ਮੇਰੇ ਪਿਤਾਏ ਨੇ ਜੋ ਦਿੱਤਾ 18 ਸਾਲ ਦੀ ਉਮਰ ਚ ਮੇਰੇ ਪਿਤਾ ਜੀ ਕਮਿਊਨਿਸਟ ਲਾਇਰ ਨਾਲ ਜੁੜ ਗਏ ਸੀ ਤੇ 16 ਸਾਲ ਦੀ ਉਮਰ ਚ ਮੈਂ ਜਿਹੜਾ ਨੇ ਰਾਹ ਵਿਖਾਇਆ ਉਸ ਰਾਹ ਤੇ ਚੱਲਦੇ ਹੋਏ ਕਿਸਾਨਾਂ ਦੇ ਹੱਕ ਲਈ ਪਹਿਲੀ ਵਾਰੀ ਜੇਲ੍ਹ ਚ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ ਸੀ ਅੱਜ ਮੈਂ ਆਪਣੇ 5 ਸਾਲ ਦੇ ਬੱਚਿਆਂ ਨੂੰ 5-5 ਸਾਲ ਦੇ ਜੋੜੇ ਨੇ ਮੇਰੇ ਬੇਟੇ ਆਪਣੇ ਬੱਚਿਆਂ ਨੂੰ ਇਸ ਸਮਾਜ ਲਈ ਇਸ ਸਮਾਜ ਨੂੰ ਅਰਪਿਤ ਕਰਦਾ ਹਾਂ ਵੀ ਆਉਣ ਵਾਲੇ ਸਮੇਂ 'ਚ ਇਹ ਲੋਕਾਂ ਦੀ ਬਾਹ ਫੜਨਗੇ ਬੱਚੇ ਬੱਚਿਆਂ ਦੀ ਉਮਰ ਛੋਟੀ ਹੈ ਬੱਚੇ ਚਲੋ ਤੁਹਾਡੇ ਨਾਲ ਖਲੋਤੇ ਤੁਸੀਂ ਪਿਤਾ ਜੀ ਇਹਨਾਂ ਦੇ ਸਮਝ ਹੈਗੀ ਇਹਨਾਂ ਨੂੰ ਕੀ ਮੋਦੀ ਸਰਕਾਰ ਮੁਰਦਾਬਦ ਕਿਉਂ ਕਰਦੇ ਪਏ ਹੈ ਸਮਝ ਹੈਗੀ ਇਹਨਾਂ ਬੱਚਿਆਂ ਨੂੰ ਇਹਨਾਂ ਨੂੰ ਪਤਾ ਵੀ ਐਸਲੇੜੀ ਆਪਾਂ ਰੋਟੀ ਖਾਣੇ ਆ ਉਹ ਸਾਨੂੰ ਕੌਣ ਦਿੰਦਾ ਜੀ ਐਸਲੇ ਵੱਡੀ ਪੱਦਰ ਤੇ ਲੋਕ ਜਿਹੜੇ ਆ ਉਹ ਭੁੱਖ ਦੀ ਤਰਾਸ ਦੀ ਚੋਂ ਨਿਕਲੇ ਆ ਤੇ ਸਾਡੇ ਬੱਚਿਆਂ ਨੂੰ ਪਤਾ ਕਿਉਂ ਵੀ ਇਹਨਾਂ ਨੂੰ ਪੜ੍ਹਾਈ ਇਹੋ ਜੀ ਕਰਾਈ ਜਾ ਰਹੀ ਆ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਇਨਕਲਾਬ ਦੀਆਂ ਗੱਲਾਂ ਹੁੰਦੀਆਂ ਸਾਡੇ ਬੱਚਿਆਂ ਦੇ ਜ਼ਹਿਨ 'ਚ ਕਿਤੇ ਨਾ ਕਿਤੇ ਉਹ ਗੱਲਾਂ ਹੈਗੀਆਂ ਨੇ ਅੱਜ ਸਾਡੇ ਬੱਚੇ ਅੱਜ ਇੱਕਦਮ ਤੇ ਨਹੀਂ ਮੈਂ ਕਹਿ ਸਕਦਾ ਅੱਜ ਪਹਿਲਾ ਪ੍ਰੋਟੈਸਟ ਆ ਮੇਰੇ ਬੱਚਿਆਂ ਦਾ ਜੀ ਜੀ ਤੇ ਮੈਂ ਕਿਸਾਨੀ ਅੰਦੋਲਨ ਨੂੰ ਉਹਨਾਂ ਦੀ ਹਮਾਇਤ ਆਪਣੇ ਬੱਚੇ ਪੇਸ਼ ਕੀਤੇ ਆ ਜੀ ਜੀ ਬੱਚੇ ਸਕੂਲ ਵੀ ਪੜਦੇ ਆ ਕਿ ਹਜੇ ਸਕੂਲ ਨਹੀਂ ਪਾਇ ਬਿਲਕੁਲ ਜਾਂਦੇ ਆ ਜੀ ਸਕੂਲ ਪੜਦੇ ਨੇ ਚੰਗੀ ਐਜੂਕੇਸ਼ਨ ਲੈ ਰਹੇ ਨੇ ਪਰ ਐਸਲੇ ਸਕੂਲਾਂ ਦੇ ਹਾਲਾਤਾਂ ਨੂੰ ਪਤਾ ਹੀ ਆ ਜੀ ਬਿਮਾਰੀ ਨਾ ਹੀਟ ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਖਰਾਬ ਕੀਤਾ ਜਾ ਰਿਹਾ ਜੀ ਜੀ ਅੱਜ ਸਾਡੇ ਬੱਚੇ ਜਿਹੜੇ ਆ ਉਹ ਗਲਤ ਰਾਹ ਚੁਣਨ ਲਈ ਮਜਬੂਰ ਆ ਇਸੇ ਲਈ ਬੱਚਿਆਂ ਨੂੰ ਲੋਕ ਅਰਪਿਤ ਕੀਤਾ ਕੋਹਾਂ ਦੇ ਲੋਕ ਅਰਪਿਤ ਕੀਤਾ ਵੀ ਮੇਰੇ ਬੱਚੇ ਜਿਹੜੇ ਆ ਗਲਤ ਰਾਹ ਨਹੀਂ ਪੈਣਗੇ ਇਹ ਸੱਚਾਈ ਆ ਆਉਣ ਵਾਲੇ ਦਿਨਾਂ ਚ ਇਹ ਬੱਚੇ ਕਦੀ ਵੀ ਗਲਤ ਰਾਤ ਨਹੀਂ ਜਾਣਗੇ ਇਹਨਾਂ ਬੱਚਿਆਂ ਨੂੰ ਦੋਵਾਂ ਨੂੰ ਦਿੱਲੀ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਚੱਲ ਰਿਹਾ ਉੱਥੇ ਵੀ ਹੋ ਕੇ ਆਏ ਆ ਜਾਂ ਹਜੇ ਜਾਣਾ ਇਹਨਾਂ ਨੇ ਬਿਲਕੁਲ ਜਾਣਗੇ ਜੀ ਮੇਰੀ ਖੁਆਇਸ਼ ਸੀਗੀ ਵੀ ਇਹਨਾਂ ਨੂੰ ਬੱਚਿਆਂ ਨੂੰ ਉੱਥੇ ਖੜਨਾ ਉਹਦਾ ਨਤੀਜਾ ਇਹ ਅੱਜ ਜਿਹੜਾ ਸੜਕ ਦੇ ਉੱਤੇ ਖੜੇ ਆ ਕਿਸਾਨਾਂ ਦੇ ਹੱਕ ਚ ਹਾਂ ਦਿੱਲੀ ਅੰਦੋਲਨ ਚ ਜਲਦੀ ਇਹਨਾਂ ਨੂੰ ਲੈ ਕੇ ਜਾਵਾਂਗੇ ਉੱਥੋਂ ਦੇ ਵੀ ਹਾਲਾਤ ਵਿਖਾ ਕੇ ਆਵਾਂਗੇ ਇਹ ਛੇਤੀ ਜਿਹੜਾ ਦਿੱਲੀ ਮੋਰਚੇ 'ਚ ਵੀ ਜਾਣਗੇ ਬੱਚੋ ਤੁਹਾਡਾ ਦਿੱਲੀ ਅੰਦੋਲਨ 'ਚ ਜਾਣ ਨੂੰ ਦਿਲ ਕਰਦਾ ਕਰਦਾ ਹਾਂ ਕੋਈ ਘਰੋਂ ਗਿਆ ਦਿੱਲੀ ਅੰਦੋਲਨ ਜਿੱਥੇ ਕਿਸਾਨ ਬੈਠੇ ਪਤਾ ਕੋਈ ਗਿਆ ਕਰੋ ਕੌਣ ਗਿਆ ਦੀਦੀ ਦੀਦੀ ਕੇ ਕਦੋਂ ਦੇਗੇ ਪਾਪਾ ਪਾਪਾ ਪਪਾ ਵੀ ਕੇ ਕਦੋਂ گے ਸੀ ਜਾਂਦੇ ਰਹਿੰਦੇ ਜਾਂਦੇ ਜਾਂਦੇ ਆ ਅੱਛਾ ਜਾਂਦੇ ਰਹਿੰਦੇ ਆ ਤੁਸੀਂ ਨਹੀਂ ਕਿਹਾ ਵੀ ਸਾਨੂੰ ਵੀ ਨਾਲ ਲੈ ਕੇ ਜਾਓ ਅਸੀਂ ਵੀ ਜਾਣਾ 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 ਤੁਸੀਂ ਆਪਾਂ ਅੱਜ ਅਸੀਂ ਦੇਖਿਆ ਵੀ ਤੁਸੀਂ ਇੱਕ ਪੋਸਟਰ ਜ਼ਮੀਨ ਤੇ ਰੱਖ ਕੇ ਉਹਦੇ ਉੱਤੇ ਜੁੱਤੀਆਂ ਰੱਖ ਰਹੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਗ੍ਰਿਮਾ ਉਹਨਾਂ ਦੀ ਤੁਸੀਂ ਉਹਨਾਂ ਦੀ ਪੋਸਟਰ ਤੇ ਜੁੱਤੀਆਂ ਰੱਖ ਕੇ ਪ੍ਰਦਰਸ਼ਨ ਕਰ ਰਹੇ ਜੇ ਕੀ ਹੈ ਚੱਕਰ ਗਰਮਾ ਉਦੋਂ ਹੁੰਦੀ ਹੈ ਜੋ ਲੋਕਪੱਖੀ ਹੋਣ ਇਹ ਬੰਦਾ ਲੋਕਪੱਖੀ ਨਹੀਂ ਇਹ ਕਾਰਪੋਰੇਟਿਵ ਘਰਾਣਿਆਂ ਦਾ ਦੱਲਾ ਆ ਜਦੋਂ ਬੰਦਾ ਜਸਮਾਨੀ ਤੌਰ ਤੇ ਮਰ ਜਾਂਦਾ ਨਾ ਉਸ ਨੂੰ ਜਿਹੜਾ ਬਾਲਣ ਪਾ ਕੇ ਸਾੜਿਆ ਜਾਂਦਾ ਆਪਾਂ ਦੇਖਦੇ ਹੁੰਨੇ ਆ ਪਰ ਜੇ ਇਸ ਬੰਦੇ ਦੀ ਜਮੀਰ ਮਰ ਜਾਂਦੀ ਆ ਉਸ ਬੰਦੇ ਨੂੰ ਲੋਕ ਜੁੱਤੀ ਫੇਰਦੇ ਆ ਤੇ ਇਹਦਾ ਜਿਹੜਾ ਸੰਸਕਾਰ ਆ ਉਹ ਜੁੱਤੀਆਂ ਦੇ ਨਾਲ ਆਪਾਂ ਕਰ ਰਹੇ ਆ ਇਹ ਇਹਦੀ ਨਿਸ਼ਾਨੀ ਆ ਜਾਂ ਫਿਰ ਜੁੱਤੀਆਂ ਕੋਣ ਜਿਹੜੇ ਸ਼ਹਿਰ ਵਾਸੀ ਉਹ ਦੇਖ ਕੇ ਜਾ ਰਹੇ ਜਾਂ ਆਪ ਰੇਂਜ ਕੀਤੀਆਂ ਨਹੀਂ ਜੀ ਨਹੀਂ ਮੈਂ ਤੁਸੀਂ ਥੋੜੀ ਦੇਰ ਪਹਿਲਾਂ ਵੀ ਦੇਖਿਆ ਨਾ ਵੀ ਲੋਕ ਆ ਮੁਹਾਰੇ ਘਰੋਂ ਜਿਹੜੀਆਂ ਉਹਨਾਂ ਦੇ ਵੇਸਟ ਜੁੱਤੀਆਂ ਮੈਂ ਅਪੀਲ ਵੀ ਲਗਾਈ ਹੋਈ ਆ ਲਿਖ ਕੇ ਵੀ ਜਿਹੜਾ ਕਿਸਾਨੀ ਅੰਦੋਲਨ ਦੇ ਹੱਕ 'ਚ ਆ ਕਿਸਾਨਾਂ ਦੇ ਨਾਲ ਖੜਾ ਉਹ ਜਿਹੜਾ ਵਾ ਉਹ ਇੱਕ ਘਰੋਂ ਛਿੱਤਰ ਜ਼ਰੂਰ ਲਿਆ ਕੇ ਦਵੇ ਜਿੱਤੋ ਸਾਨੂੰ ਸਾਬਤ ਹੋਵੇ ਵੀ ਲੋਕ ਜਿਹੜੇ ਕਿਸਾਨੀ ਆਖ ਚਾਹ ਐਸਲੇ ਢੇਰਾਂ ਦੇ ਢੇਰ ਲਾਗੇ ਸ਼ਾਮ ਤੱਕ ਹੋਰ ਢੇਰ ਲੱਗੇ ਨਾ ਤਾਂ ਫਿਰ ਇਹਦਾ ਸੰਸਕਾਰ ਕੀਤਾ ਜਾਣਾ ਬਿਲਕੁਲ ਬਿਲਕੁਲ ਤਾਂ ਜਿਹੜਾ ਹੈ ਅੰਮ੍ਰਿਤਸਰ ਸ਼ਹਾਟਾ ਦੇ ਵਿੱਚ ਵੱਖਰੇ ਤਰੀਕੇ ਨਾਲ ਰੋਜ਼ ਪ੍ਰਦਰਸ਼ਨ ਜਿਹੜਾ ਹੈ ਇੱਥੇ ਕੀਤਾ ਜਾ ਰਿਹਾ ਹੈ ਤਾਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਤੇ ਨਾਲ ਹੀ ਲੋਕਾਂ ਦੀ ਸੇਵਾ ਦੇ ਵਿੱਚ ਇੱਥੇ ਇੱਕ ਨੌਜਵਾਨ ਵੱਲੋਂ ਆਪਣੇ ਦੋ ਛੋਟੇ ਬੱਚਿਆਂ ਨੂੰ ਵੀ ਨਾਲ ਲਿਆਂਦਾ ਗਿਆ ਤਾਂ ਉਹਨਾਂ ਦਾ ਕਹਿਣਾ ਇਹ ਹੀ ਆ ਕਿ ਅਗਰ ਰਾਜਨੀਤਿਕ ਲੋਕ ਆਪਣੇ ਬੱਚਿਆਂ ਨੂੰ ਰਾਜਨੀਤੀ 'ਚ ਲਾਂਚ ਕਰ ਸਕਦੇ ਆ ਤੇ ਅਸੀਂ ਲੋਕ ਭਲਾਈ ਕੰਮ ਕਰ ਰਹੇ ਆ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਅੱਜ ਉਹ ਆਪਣੇ ਛੋਟੇ 5-5 ਸਾਲ ਦੇ ਬੱਚਿਆਂ ਨੂੰ ਲੋਕ ਭਲਾਈ ਸੇਵਾ 'ਚ ਲਾਂਚ ਜਿਹੜਾ ਹੈ ਉਹ ਕਰ ਰਹੇ ਹਾਲਾਂਕਿ ਬੱਚਿਆਂ ਨੂੰ ਹਜੇ ਨਹੀਂ ਸਮਝ ਨਹੀਂ ਹੈ ਲੇਕਿਨ ਫਿਰ ਵੀ ਉਹਨਾਂ ਦਾ ਕਹਿਣਾ ਹੈ ਕਿ ਪਹਿਲਾ ਜਿਹੜਾ ਰੋਸ ਪ੍ਰਦਰਸ਼ਨ ਹੈ ਬੱਚਿਆਂ ਨੂੰ ਇੱਥੇ ਨਾਲ ਲਿਆ ਕੇ ਕੀਤਾ ਗਿਆ ਆਉਣ ਵਾਲੇ ਸਮੇਂ 'ਚ ਬੱਚੇ ਸਮਝ ਜਾਣਗੇ ਕਿ ਇਹ ਕਿਉਂ ਰੋਸ ਪ੍ਰਦਰਸ਼ਨ ਜਿਹੜੇ ਹੋ ਰਿਹਾ ਫਿਲਹਾਲ ਕਰਨਾਲ 'ਚ ਹੋਏ ਕਿਸਾਨਾਂ ਦੇ ਉੱਤੇ ਤਸ਼ੱਦਦ ਦੇ ਰੋਸ 'ਚ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਮੁਕੇਸ਼ ਮਹਿਰਾ ਸੁਰਖਾਪ ਟੀਵੀ ਅੰਮ੍ਰਿਤਸਰ